ਇਹ ਥਾਂ ਹੀ ਸੁੰਦਰ ਬਣ ਜਾਂਦਾ ਹੈ ਜਿੱਥੇ ਸਤਿਗੁਰੂ ਜਾ ਕੇ ਬੈਠਦੇ ਨੇ। ਆਓ ਜਿੱਥੇ ਜਿੱਥੇ ਵੀ ਜਾ ਕੇ ਸਰਗੁਣ ਵਿੱਚ ਮਹਾਰਾਜ ਗੁਰੂ ਨਾਨਕ ਦੇਵ ਜੀ ਬੈਠੇ, ਉਹ ਥਾਂ ਜਿਹਨੂੰ ਸੋ ਵੀ ਲੱਗ ਗਈ ਉਹ ਵੀ ਚੀਜ਼ ਪਵਿੱਤਰ ਹੋ ਗਈ। ਅੱਧੇ ਰੇਠੇ ਮਿੱਠੇ ਹੋ ਗਏ, ਅੱਧੇ ਕੌੜੇ ਰਹਿਣ ਦਿੱਤੇ। ਵਲੀ ਕੰਧਾਰੀ ਵਰਗਿਆਂ ਦੇ ਮਾਣ ਤੋੜ ਦਿੱਤੇ, ਹੱਥ ਨਾਲ ਪੱਥਰ ਰੋਕ ਦਿੱਤੇ। ਜਿੱਥੇ ਨਹੀਂ ਸੀ ਪਾਣੀ ਮਿਲਦਾ ਉੱਥੇ ਪਾਣੀ ਪ੍ਰਗਟ ਕਰ ਦਿੱਤਾ, ਜਿੱਥੇ ਲੂਣ ਵਾਲਾ ਸੀ ਉੱਥੇ ਮਿੱਠਾ ਕਰ ਦਿੱਤਾ। ਅਜੇ ਕਹਿੰਦੇ ਕਿ ਗੁਰੂ ਕੁਛ ਦੇ ਨਹੀਂ ਦਿੰਦਾ, ਕੁਛ ਦਿੰਦਾ ਨਹੀਂ ਗੁਰੂ ਗ੍ਰੰਥ ਸਾਹਿਬ, ਕੁਛ ਦਿੰਦਾ ਨਹੀਂ। ਇਹ ਸੁਣਨ ਚ ਗੱਲਾਂ ਆਉਂਦੀਆਂ ਹੁਣ ਇਸ ਸਮਾਜ ਦੀਆਂ, ਇਸ ਕਲਯੁਗੀ ਜੀਵਾਂ ਦੀਆਂ ਇਹ ਗੱਲਾਂ ਗੁਰੂ ਬਾਰੇ ਸੁਣਨ ਚ ਆਉਂਦੀਆਂ। ਜਿਹੜੇ ਕਹਿੰਦੇ ਲੋਕ ਸ਼ਾਹੀ ਬਣ ਰਹੇ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਕਿਸੇ ਦਾ ਦੁੱਖ ਨਹੀਂ ਕੱਢਦਾ। ਉਹ ਗੁਰੂ ਗ੍ਰੰਥ ਸਾਹਿਬ ਨੇ ਤੇ ਕਿਤੇ ਤਰਨ ਤਾਰਨ ਵਿੱਚ ਜਾ ਕੇ ਵੇਖੋ ਕੋੜੇ ਰਾਜੀ ਕਰ ਦਿੱਤੇ। ਉਹ ਘਾਟ ਸਾਡੇ ਵਿੱਚ ਹੈ ਤੇ ਕਹਿੰਦੇ ਅਸੀਂ ਗੁਰੂ ਨੂੰ ਹਾਂ, ਨਾ ਕੋਈ ਹੁਣ ਦਵਾਉਣ ਵਾਲਾ ਦੇਣ ਵਾਲਾ ਤੇ ਉੱਥੇ ਆਪਣੇ ਤਖ਼ਤ ਤੇ ਬਿਰਾਜਮਾਨ ਆ। ਦਵਾਉਣ ਵਾਲਾ ਕੋਈ ਨੀ, ਕੋਈ ਬਾਬਾ ਬੁੱਢਾ ਸਾਹਿਬ ਨਹੀਂ ਬਣਦਾ, ਕੋਈ ਗੁਰੂ ਦਾ ਵਜ਼ੀਰ ਨਹੀਂ ਬਣਦਾ, ਕਿਉਂ ਭਾਰ ਚੁੱਕਣੇ ਪੈਂਦੇ ਨੇ। ਅਰਦਾਸ ਨਹੀਂ ਕਰਦਾ ਕਿਸੇ ਦੀ, ਕੋਈ ਦੱਸਦਾ ਨਹੀਂ ਰਾਹ ਕੋਈ। ਹੁਣੇ ਆਇਆ ਸੀ ਨਾ ਇੱਕ ਸ਼ਬਦ ਮੇਰੇ ਵੀਰ ਜੀ ਨੇ ਬੜੇ ਪਿਆਰ ਨਾਲ ਪੜਿਆ ਸੀ, ਭਗਤਾਂ ਦੀ ਟੇਕ ਤੂੰ ਸੰਤਾਂ ਦੀ ਓਟ ਤੂੰ, ਸੱਚਾ ਸਿਰਜਣਹਾਰਾ ਉਹ ਇਹ ਹੈ, ਇਹ ਕਰਦਾ ਹੈ ਓਟ ਸਾਰਿਆਂ ਦੀ। ਪਰ ਮੂੰਹ ਨਾ ਕਹਿ ਲੈਣਾ ਤੇ ਫਿਰ ਕਹਿ ਦੇਣਾ ਮੇਰਾ ਘਰ, ਇਹ ਸਾਡੇ ਘਰ ਨਹੀਂ ਗਏ, ਇਹਨਾਂ ਤੇ ਰਹਿਣ ਸਵੇਰੇ ਨੇ, ਇਹ ਸਾਡੇ ਘਰ ਨਹੀਂ ਹੈਗੇ ਇੱਥੇ। ਇਹ ਚਾਰ ਯੁਗਾਂ ਦੀ ਆਰਜੂ ਵਾਲੇ ਭਗਤ ਤੇ ਝੁੱਗੀ ਚ ਦਿਨ ਕੱਟ ਗਏ ਸੀ, ਇਹ ਘਰ ਨਹੀਂ ਗਏ, ਇਹ ਮੰਦਰ ਬਣਦੇ ਤਾਂ, ਇਹ ਸੋਭਦੇ ਤਾਂ ਜਿਹੜਾ ਮੇਰਾ ਗੁਰੂ ਇਸ ਘਰ ਵਿੱਚ ਆਵੇ। ਇਸ ਪਰਿਵਾਰ ਦੇ ਵੱਡੇ ਭਾਗ ਨੇ ਜਿਨ੍ਹਾਂ ਨੇ ਗੁਰੂ ਦੀ ਓਟ ਲਈ ਹੈ, ਗੁਰੂ ਨੂੰ ਸਰਪਿਤ ਹੋਏ ਹਨ, ਸੰਗਤਾਂ ਘਰ ਆਈਆਂ ਨੇ, ਇਹ ਘਰ ਪਵਿੱਤਰ ਹੋ ਗਿਆ, ਇਸ ਘਰ ਚ ਰਹਿਣ ਵਾਲੇ ਵੀ ਪਵਿੱਤਰ ਹੋ ਗਏ। ਧੰਨ ਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਤੇ ਬਖਸ਼ਿਸ਼ ਲਈਏ। ਹੁਣ ਆਪਾਂ ਗੁਰੂ ਦਾ ਹੁਕਮ ਤੇ ਇੱਕ ਵੀ ਨਹੀਂ ਮੰਨਣਾ, ਹੁਕਮ ਨਹੀਂ ਮੰਨਣਾ ਗੁਰੂ ਦਾ, ਤੇ ਕਹਿ ਦੇਣਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਆਓ ਹਾਂ ਜਿਨ੍ਹਾਂ ਨੇ ਮੰਨਿਆ ਆਪਣੇ ਗੁਰੂ ਦਾ ਹੁਕਮ, ਆਓ ਚੱਲੀਏ ਆਨੰਦਪੁਰ ਸਾਹਿਬ ਵਿੱਚ ਜਿਹੜੇ ਪੂਰਨ ਸਤਿਗੁਰੂ ਦਾ ਸਰੂਪ ਬਣ ਗਏ, ਜਿਨ੍ਹਾਂ ਨੇ ਕਈ ਕਈ ਜਨਮ ਭਗਤੀ ਕੀਤੀ ਤੇ ਟੇਕ ਉਸ ਦੀ ਰੱਖੀ ਤੇ ਫਿਰ ਆਨੰਦਪੁਰ ਸਾਹਿਬ ਵਿੱਚ ਸੰਤ ਸਿਪਾਹੀ ਬਣ ਗਏ। ਸੰਤ ਕੌਣ ਹੁੰਦਾ ਹੈ? ਸੇਵਾ, ਸਿਮਰ ਤੇ ਤਿਆਗ, ਤਿੰਨੇ ਚੀਜ਼ਾਂ ਜਿਹਦੇ ਵਿੱਚ ਹੋਣ ਉਹਨੂੰ ਸੰਤ ਕਹਿੰਦੇ ਨੇ। ਤੇ ਉਹਦਾ ਕਾਰਜ ਕੀ ਹੈ? ਆਪ ਜਪਣਾ ਤੇ ਅਵਰਾ ਜਪਾਉਣਾ। ਹੁਣ ਜਿਹਨੇ ਆਪ ਜਪਣਾ ਤੇ ਅਵਰਾ ਜਪਾਉਣਾ ਨਾ ਤੇ ਕੋਈ ਬਚਨ ਕਰ ਦੇਣਾ ਤੇ ਓਟ ਪਿੱਛੇ ਗੁਰੂ ਦੀ ਹੈ ਤੇ ਗੁਰੂ ਉਸ ਦੇ ਬਚਨਾਂ ਨੂੰ ਪੂਰਾ ਕਰ ਦਿੰਦਾ ਹੈ। ਸੰਤ ਵੀ ਕਿਤੇ ਭੁਲੇਖੇ ਜਿਹਾ ਨਾ ਰਹਿ ਜਾਵੇ ਕਿ ਮੇਰੇ ਆਖੇ ਕਾਰਜ ਹੋ ਰਹੇ ਨੇ। ਇਹ ਸਭ ਕੁਛ ਕਰਤਾ ਕਰਨੇ ਹਾਰ ਮੇਰਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਕਈ ਵਾਰ ਮਹਾਰਾਜ ਡਿਊਟੀਆਂ ਲਾ ਦਿੰਦੇ ਨਾ, ਚੌਂਕੀਦਾਰਾਂ ਬਣਾ ਦਿੰਦੇ ਕਈਆਂ ਨੂੰ,
ਤੇ ਚੌਕੀਦਾਰਾਂ ਲੈ ਕੇ ਉਹ ਰਾਜੇ ਬਣ ਕੇ ਬਹਿ ਜਾਂਦੇ ਨੇ, ਦੇਣ ਵਾਲੇ ਬਣ ਜਾਂਦੇ ਨੇ, ਪਾਤਸ਼ਾਹ ਬਣ ਜਾਂਦੇ ਨੇ ਤੇ ਪਾਤਸ਼ਾਹ ਨੂੰ ਭੁੱਲ ਹੀ ਜਾਂਦੇ ਨੇ। ਇਹ ਉਹ ਪਾਤਸ਼ਾਹ ਹੈ ਜਿਨ੍ਹਾਂ ਨੂੰ ਸਤਿਗੁਰੂ ਵੀ ਇਹਨਾਂ ਨੇ ਬਣਾਉਣਾ ਹੈ ਤੇ ਸਤਿਗੁਰੂ ਦੇ ਪਿੱਛੇ ਵੀ ਇਹ ਆਪ ਨੇ। ਗੁਰ ਪਰਮੇਸ਼ਰ ਇੱਕ ਜਾਨ ਆਪਣੇ ਵਿੱਚੋਂ ਹੀ ਸਾਰਗੁਣ ਸਰੂਪ ਕੱਢਦੇ ਨੇ, ਉਹਦੇ ਰਾਹੀਂ ਸੰਗਤਾਂ ਨੂੰ ਉਪਦੇਸ਼ ਦੇ ਕੇ ਆਪਣੇ ਨਾਲ ਜੋੜਦੇ ਨੇ। ਦੋਵਾਂ ਸਿਰਿਆਂ ਦਾ ਆਪ ਸੁਆਮੀ। ਇਸ ਕਰਕੇ ਸਾਧ ਸੰਗਤ ਜੀ ਸਾਡੇ ਮਨਾਂ ਨੂੰ ਦਰੁਸਤ ਕਰਨ ਵਾਸਤੇ, ਇਹਨਾਂ ਦੀ ਹਉਮੈ ਨੂੰ ਹਟਾਉਣ ਵਾਸਤੇ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਸੀ ਜਦੋਂ ਪੂਰਨਤਾ ਦੇ ਤੀ ਕਈ ਕਈ ਜਨਮਾਂ ਦੇ ਭਗਤਾਂ ਨੂੰ ਆਨੰਦਪੁਰ ਸਾਹਿਬ ਵਿੱਚ ਅੰਮ੍ਰਿਤ ਛਕਾ ਕੇ ਕਈ ਯੁੱਗਾਂ ਤੋਂ ਲੋਚਦੇ ਸੀ ਅੰਮ੍ਰਿਤ ਨੂੰ, ਉਹ ਅੰਮ੍ਰਿਤ ਗੁਰ ਤੇ ਪਾਇਆ। ਗੁਰੂ ਨੇ ਬਖਸ਼ਿਸ਼ ਕੀਤੀ। ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਆਪਾਂ ਦਾ ਮਨ ਤੇ ਸਾਫ ਹੈ ਪਰ ਆਪਾਂ ਜੀ ਕਰੂ ਤੇ ਅੰਮ੍ਰਿਤ ਛਕ ਲਾਂਗੇ, ਇਹ ਨਾ ਸੋਚਿਆ ਕਰੋ, ਅਜੇ ਮਿਲਦਾ ਹੀ ਨਹੀਂ। ਇੱਕ ਅੱਖਰ ਤੇ ਨੌ ਨੌ ਯੁੱਗ ਭਗਤੀ ਹੋਈ ਹੈ, ਚਾਰ ਅੱਖਰ 36 ਯੁੱਗ ਭਗਤੀ ਦੇ। ਜਿਹੜਾ ਵਾਹਿਗੁਰੂ ਸ਼ਬਦ ਆ ਨਾ, ਇਹ ਪੰਜਾਂ ਪਿਆਰਿਆਂ ਤੋਂ ਬਗੈਰ ਕੋਈ ਦੇ ਨਹੀਂ ਸਕਦਾ। ਤੇ 36 ਯੁੱਗ ਭਗਤੀ ਵਾਲਾ ਸ਼ਬਦ ਕਿਸੇ ਨੂੰ ਐਵੇਂ ਮਿਲ ਜਾਵੇਗਾ? ਛੋਟੀ ਜੀ ਗੱਲ ਹੈ। ਤੇ ਅਸੀਂ ਕਹਿੰਦੇ ਫਿਰਦੇ ਹਾਂ ਅਸੀਂ ਅੰਮ੍ਰਿਤ ਛਕਦੇ ਨਹੀਂ ਜੀ, ਉਹ ਦਿੰਦਾ ਹੀ ਨਹੀਂ ਮਹਾਰਾਜ ਤੁਹਾਨੂੰ। ਅਜੇ ਬੇਨਤੀ ਕਰਿਆ ਕਰੋ ਕਿ ਮਹਾਰਾਜ ਸਾਨੂੰ ਬਖਸ਼ਿਸ਼ ਕਰ ਦਿਓ, ਜਿਵੇਂ ਹੁਣ ਹੁਕਮਨਾਮਾ ਆਇਆ ਹੈ, ਜੇ ਦਰਸ਼ਨ ਕਰਨੇ ਤੇ ਬੇਨਤੀਆਂ ਕਰਨੀਆਂ ਪੈਣੀਆਂ ਨੇ। ਗੁਰੂ ਕੋਲੋਂ ਕੁਛ ਲੈਣਾ ਤੇ ਆਪਾਂ ਛੱਡਣਾ ਪੈਣਾ ਹੈ, ਜਿਵੇਂ ਆਨੰਦਪੁਰ ਸਾਹਿਬ ਵਿੱਚ ਪੰਜਾਂ ਨੇ ਛੱਡਿਆ ਸੀ, ਤੇ ਆਓ ਹਾਂ ਆਪਣੀ ਵੀ ਹੋਮੇ ਛੱਡੀਏ, ਗੁਰੂ ਦੀ ਬਖਸ਼ੀ ਹੋਈ ਫਤਿਹ ਬੁਲਾਈਏ ਸਾਰੇ ਰਲ ਕੇ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਜਿੰਨੇ ਚਿਰ ਤੱਕ ਅੰਦਰੋਂ ਹੋਮੇ ਨਹੀਂ ਨਾ ਜਾਂਦੀ, ਇਹ ਅੰਦਰ ਖਾਲੀ ਨਹੀਂ ਹੁੰਦਾ, ਓਨੇ ਚਿਰ ਤੱਕ ਇਹ ਭਾਂਡੇ ਵਿੱਚ ਕੁਛ ਪੈਣਾ ਹੀ ਨਹੀਂ। ਜੇ ਅਸੀਂ ਗੁਰੂ ਕੋਲੋਂ ਕੁਛ ਲੈਣ ਜਾਣਾ ਤੇ ਭਾਂਡਾ ਖਾਲੀ ਕਰਕੇ ਜਾਣਾ ਹੈ। ਕਈ ਕਈ ਜਨਮ ਲੱਗ ਜਾਂਦੇ ਇੱਕ ਗੁਰਸਿੱਖ ਬਣਨ ਵਾਸਤੇ, ਤੇ ਜੇ ਇਹਦੇ ਤੋਂ ਮੁਕਤ ਹੋਣਾ ਨਾ, ਪਰੇ ਹੋਣਾ, ਤੇ ਇੱਕ ਛਿਨ ਲੱਗਦਾ ਹੈ, ਮੈਂ ਇਹਨੂੰ ਆਪਣੇ ਅੰਦਰ ਲੈ ਉਹ ਤੇ ਪਜਾ ਦਿੰਦਾ ਹੈ, ਆਂਦਾ ਬੜੀ ਦੂਰ ਛੁੱਟ ਦਿੰਦਾ ਹੈ, ਕਹਿੰਦਾ ਹੁਣ ਤੂੰ ਮੇਰੇ ਲਾਗੇ ਨਹੀਂ ਆ ਸਕਦਾ, ਤੇਰੇ ਅੰਦਰ ਮੈਂ ਆ ਗਈ ਹੈ। ਮਹਾਰਾਜ ਕਹਿੰਦੇ ਨਾ, ਜੇ ਕੋਈ ਕਹੇ ਮੈਂ ਕੁਛ ਕਰਦਾ, ਗਰਭ ਜੋਨ ਮੈਂ ਫਿਰਦਾ, ਫਿਰ ਜਨਮ ਲੈਂਦਾ ਰਹਿੰਦਾ, ਬਾਰ ਬਾਰ ਜਨਮ ਲੈਂਦਾ ਹੈ। ਕਿਉਂ ਲੈਂਦਾ ਹੈ? ਕਿਉਂਕਿ ਅੰਦਰ ਹੋਮੇ ਹੈ ਕਿ ਮੈਂ ਆ ਕਰਨਾ ਹੈ, ਮੈਂ ਇਸ ਤਰ੍ਹਾਂ ਕਰਨਾ ਹੈ, ਇਹ ਕਾਰਜ ਮੈਂ ਇਸ ਤਰ੍ਹਾਂ ਕਰਨਾ ਹੈ, ਪਰ ਕਾਰਜ ਤੇ ਗੁਰੂ ਨੇ ਕਰਾਉਣਾ ਹੈ। ਜੇ ਕਿਤੇ ਮੱਥਾ ਟੇਕ ਕੇ ਗੁਰੂ ਮਹਾਰਾਜ ਗਾੜੀ ਆਪਾਂ ਛੱਡ ਕੇ ਕਹਿ ਦਈਏ ਮਹਾਰਾਜ ਮੇਰਾ ਕਾਰਜ ਕਰਾ ਦਿਓ, ਇੱਥੇ ਗੁਰਲਾਲ ਸਿੰਘ ਬੈਠਾ, ਇਹਨੇ ਗੁਰੂ ਨੂੰ ਕਿਹਾ ਸੀ, ਸਾਰੇ ਕਹਿੰਦੇ ਸੀ, ਇਹ ਜਿੰਨੇ ਇੱਥੇ ਬੈਠੇ ਆ ਨਾ ਸਾਡੇ ਸਿੰਘ, ਇਹ ਕਹਿੰਦੇ ਮੀਂਹ ਪੈਣਾ, ਪਰ ਗੁਰਲਾਲ ਸਿੰਘ ਸੱਚੇ ਪਾਤਸ਼ਾਹ ਦਾ ਗੁਰਸਿੱਖ ਹੈ, ਇਹਨੂੰ ਜੁਗਤੀ ਦੱਸੀ, ਜਾ ਗੁਰੂ ਦੇ ਅੱਗੇ ਢਹਿ ਪਾ, ਤੇਰਾ ਕਾਰਜ ਹੋ ਜਾਊਗਾ। ਹੋਇਆ ਕਿ ਨਹੀਂ ਹੋਇਆ? ਤੇ ਕਿਹਨੇ ਕੀਤਾ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ। ਕਰਿਆ ਕਰੋ ਇਹਦੀ ਉਸਤਤ, ਉਹ ਕਰਿਆ ਕਰੋ, ਇਹਦੇ ਚਰਨਾਂ ਚ ਢਹਿ ਜਿਆ ਕਰੋ, ਜੇ ਕੁਛ ਲੈਣਾ ਤੇ ਮੂੰਹ ਨਾ ਜਪਿਆ ਨਹੀਂ ਮਿਲਣਾ, ਹੱਠ ਨਾ ਪਾਇਓ, ਤਪ ਨਾ ਪਾਇਓ, ਜਪ ਨਾ ਪਾਇਓ, ਕਿਤੇ ਬਾਲ ਅਵਸਥਾ ਵਿੱਚ ਕਿਤੇ ਧੰਨੇ ਵਾਂਗੂ ਜਪ ਕੇ ਵੇਖ ਲਿਓ, ਤੇ ਭਗਤਾਂ ਨੇ ਇਹਦੇ ਚੋਂ ਪੱਥਰਾਂ ਚੋਂ ਰੱਬ ਨੂੰ ਪ੍ਰਗਟ ਕਰਕੇ ਪ੍ਰਸ਼ਾਦਾ ਛਕਾਤਾ। ਹੁਣ ਤੇ ਸਾਡੇ ਕਹਿੰਦੇ ਆ ਭੋਗ ਨਾ ਲਾਇਓ, ਪ੍ਰਵਾਨ ਹੀ ਕਰਾ ਦਿਓ। ਉਹ ਭੁੱਲੜੋ, ਜੇ ਗੁਰ ਕਿਸੇ ਦੇ ਅੱਗੇ ਪਰੋਸ ਕੇ ਥਾਲੀ ਰੱਖ ਦਈਏ, ਉਹਨੂੰ ਕਹਿ ਪ੍ਰਵਾਨ ਕਰ ਲਾ, ਖਾ ਮੈਂ ਲਉ, ਡਾਂਗਣਾ ਬੜੂ ਤੁਹਾਡੇ ਦੁਆਲੇ। ਉਹ ਗੁਰੂ ਨੂੰ ਪਹਿਲਾਂ ਭੋਗ ਲਵਾਇਆ ਕਰੋ, ਰੋਟੀ ਪ੍ਰਸ਼ਾਦਾ ਬਣਾ ਕੇ ਉਹਦੇ ਅੱਗੇ ਥਾਲੀ ਪਰੋਸ ਕੇ ਕਿਹਾ ਕਰੋ ਮਹਾਰਾਜ ਛਕੋ। ਛਕਦੇ ਨੇ। ਇੱਕ ਵਾਰ ਦੀ ਗੱਲ ਹੈ, ਗਿਆਨੀ ਜੀ ਮਹਾਂਪੁਰਖਾਂ ਨਾਲ ਬਹਿਸ ਹੋ ਗਈ,
ਕਹਿੰਦੇ ਜੇ ਮਹਾਰਾਜ ਸਕਦੇ ਤੇ ਸਾਨੂੰ ਦਿਖਾ ਕੇ ਦਿਖਾਓ ਕਿੱਦਾਂ ਛਕਦੇ ਆਉਂਦੇ ਆ ਜਾਓ ਮੈਦਾਨੇ ਆਓ ਸਾਡਾ ਗੁਰ ਪੂਰਾ ਹੈ ਫੌਜ ਦੀ ਗੱਲ ਹੈ ਉਹਨਾਂ ਨੇ ਦੇਗ ਬਣਾਈ ਕਹਿਣ ਲੱਗੇ ਜੋਖ ਕੇ ਰੱਖ ਦਿਓ ਟੇਬਲ ਦੇ ਉੱਤੇ ਜੋਖ ਕੇ ਰੱਖ ਦਿੱਤੀ ਉਹਨਾਂ ਨੇ ਪੂਰਾ ਠੰਡਾ ਕਰਕੇ ਸਾਡੇ ਵਰਗੇ ਗਰਮਾਂ ਨੂੰ ਗਰਮ ਦੇਗ ਨੂੰ ਭੋਗ ਲਵਾ ਦਿੰਦੇ ਕਦੀ ਗਰਮ ਦੇਗ ਨੂੰ ਭੋਗ ਨਹੀਂ ਲਵਾਉਣਾ ਚਾਹੀਦਾ ਜੇ ਤਰ੍ਹਾਂ ਤੁਸੀਂ ਪ੍ਰਸ਼ਾਦਾ ਛਕਦੇ ਹੋ ਉਸ ਹਿਸਾਬ ਚ ਰੱਖਣਾ ਚਾਹੀਦਾ ਕਹਿੰਦੇ ਭੋਗ ਲਵਾਇਆ ਤੇ ਪੂਰਾ ਪਾਇਆ ਦੇਗ ਘੜ ਗਈ ਸਾਰੇ ਖੜ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੇਨਤੀਆਂ ਕਰਨ ਲੱਗੇ ਮਹਾਰਾਜ ਤੂੰ ਪੂਰਾ ਹੈ ਤੂੰ ਜਾਗਦੀ ਜੋਤ ਹੈ ਹੁਣ ਕਹਿੰਦੇ ਨੇ ਸਭ ਦੀ ਹੈ ਉਹ ਸਭ ਦੀ ਸਾਰੇ ਥਾਈ ਵਰਤਦਾ ਹੈ ਪ੍ਰਗਟ ਵੀ ਇਹ ਹੈ ਸਭ ਥਾਈ ਇਹੀ ਆਦ ਅੰਤੇਕੇ ਅਵਤਾਰਾ ਸੋਈ ਗੁਰੂ ਸਮਝਿਓ ਮਹਾਰਾਜ ਇਹ ਗੁਰੂ ਹੈ ਸਰਗੁਣ ਵਿੱਚ ਇਹਦਾ ਸਰੂਪ ਸਤਿਗੁਰ ਬਣਦਾ ਹੈ ਤੇ ਜਿਹੜਾ ਨਾਮ ਦਿੰਦਾ ਹੈ ਤੇ ਇਹਦੇ ਨਾਲ ਜੋੜਦਾ ਹੈ ਤੇ ਨਾਮ ਕਿਹਦਾ ਜਪਣਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਸ ਪਰਮੇਸ਼ਰ ਦਾ ਅਸੀਂ ਸਾਰੇ ਕਹਿੰਦੇ ਹਾਂ ਕਿ ਗੁਰੂ ਨਾਨਕ ਪਰਮੇਸ਼ਰ ਸੀ ਪਰ ਕਿਹਾ 200 ਸਾਲ ਬਾਅਦ ਹੀ ਪਹਿਲੋਂ ਨਹੀਂ ਕਿਸੇ ਨੇ ਕਿਹਾ ਸੀ ਨਹੀਂ ਤਾਂ ਇਤਿਹਾਸ ਪੜ੍ਹ ਕੇ ਵੇਖ ਲਿਓ ਸਾਰੇ ਉਦੋਂ ਕਰਾਈਆ ਕਹਿੰਦੇ ਸੀ ਮਾਂ ਪਿਓ ਵੀ ਚਪੇੜਾ ਮਾਰਦੇ ਸੀ ਦੇ ਕੇ ਪੈਸੇ ਸੱਚੇ ਸੌਦੇ ਵਾਸਤੇ ਤੇ ਮਗਰੋਂ ਕਹਿੰਦੇ ਕੀ ਕਰਕੇ ਆਇਆ ਚਪੇੜਾ ਮਾਰ ਦਿੱਤੀਆਂ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਪਰਮੇਸ਼ਰ ਤੇ ਸੱਚਾ ਸੌਦਾ ਕੀਤਾ ਕਿਹੜਾ ਜੇ ਸਾਡੀਆਂ ਕਲਯੁਗ ਨੇ ਬਿਰਤੀਆਂ ਖਾ ਲਈਆਂ ਸਾਨੂੰ ਨਹੀਂ ਸਮਝ ਲੱਗਣੀ ਭੁੱਖੇ ਸਾਧੂਆਂ ਨੂੰ ਭੁੱਖੇ ਨਹੀਂ ਸੀ ਉਹ ਤੇ ਅਤੁੱਟ ਜਿੱਦਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕੇ ਕੋਈ ਸਿਖਾਉਂਦੇ ਸਨ ਉਹਨੂੰ ਕੋਈ ਚੀਜ਼ ਮਹਾਰਾਜ ਪਿਆਰ ਨਾਲ ਲੈ ਕੇ ਉਹਦੇ ਛਕ ਲੈਂਦੇ ਸੀ ਨਹੀਂ ਤਾਂ ਕਈ ਕਈ ਮਹੀਨੇ ਉਹਨਾਂ ਨੂੰ ਛਕਣ ਦੀ ਲੋੜ ਨਹੀਂ ਸੀ ਪੈਂਦੀ ਤੇ ਕਿਤੇ ਸਾਧੂ ਵੀ ਭੁੱਖੇ ਹੁੰਦੇ ਨੇ ਸਾਧੂ ਭੁੱਖੇ ਨਹੀਂ ਸੀ ਉਹ ਪਰਮੇਸ਼ਰ ਦੀ ਪਿਆਰ ਦੇ ਬੰਦਗੀ ਦੇ ਭੁੱਖੇ ਸਨ ਉਹਨਾਂ ਨੂੰ ਛਕਾ ਕੇ ਜੋ ਤ੍ਰਿਪਤ ਹੋਏ ਨਾ ਤੇ ਸੱਚਾ ਸੌਦਾ ਕਰਕੇ ਆ ਗਏ ਮਹਾਰਾਜ ਉਹ ਸੱਚਾ ਸੌਦਾ ਸੀ ਤੇ ਹੁਣ ਆਪਾਂ ਕਿਤੇ ਕਿਸੇ ਨੂੰ ਪ੍ਰਸ਼ਾਦਾ ਵੀ ਸਿੱਖ ਨੂੰ ਖੋਣ ਲੱਗੇ ਪਹਿਲਾਂ ਵੀ ਕਿੰਤੂ ਕਰਦੇ ਹਾਂ ਕਿ ਪੂਰਾ ਕਿ ਨਹੀਂ ਅੰਮ੍ਰਿਤ ਛਕਿਆ ਕਿ ਨਹੀਂ ਛਕਿਆ ਅਜੇ ਇਹ ਪੂਰਾ ਰਹਿਤ ਹੈਗਾ ਕਿ ਨਹੀਂ ਹੈਗਾ ਤੇ ਗੁਰੂ ਨਾਨਕ ਦੇਵ ਜੀ ਨੇ ਕਿ ਰਹਿਤ ਵੇਖੀ ਸੀ ਉਹਨਾਂ ਦੀ ਸਾਧੂ ਸੀ ਉਹ ਗੁਰੂ ਦਾ ਨਾਮ ਜਪਦੇ ਸੀ ਹਰ ਜਗ੍ਹਾ ਜਗ੍ਹਾ ਤੇ ਉਹਨਾਂ ਨੇ ਲਿਖਿਆ ਹੈ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਉਹਨਾਂ ਦੇ ਚਰਨਾਂ ਦੀ ਧੂੜ ਬਣਦੇ ਮਹਾਰਾਜ ਮੰਗਦੇ ਨੇ ਆਪਾਂ ਕੀ ਕੀਤਾ ਕਲਯੁਗ ਨੇ ਸਾਡੀਆਂ ਬਿਰਤੀਆਂ ਨੂੰ ਕੀ ਕੀਤਾ ਸਾਡੇ ਬੱਚੇ ਵੱਡਿਆਂ ਦਾ ਆਦਰ ਨਹੀਂ ਕਰਦੇ ਅਸੀਂ ਮਾਂ ਪਿਓ ਦਾ ਆਦਰ ਨਹੀਂ ਕਰਦੇ ਕੋਈ ਕਰਦਾ ਅਜੇ ਕੱਲ ਦੀ ਗੱਲ ਆ ਸਾਡੇ ਘਰ ਕੋਈ ਆਇਆ ਸੀ ਬੱਚਾ ਛੋਟਾ ਸਾਡਾ ਰਿਸ਼ਤੇਦਾਰ ਮਾਂ ਪਿਓ ਨੇ ਤੇ ਫਤਿਹ ਬੁਲਾ ਲਈ ਬੜੇ ਪਿਆਰ ਨਾਲ ਤੇ ਬੱਚੇ ਨੇ ਬੁਲਾਈ ਨਹੀਂ ਉਹਨੂੰ ਆਪ ਬੁਲਾਉਣੀ ਪਈ ਕਿਉਂਕਿ ਵਿਗਾੜ ਦਿੱਤਾ ਸਾਰਾ ਕੁਛ ਸਿਸਟਮ ਕਲਯੁਗ ਨੇ ਵਿਗਾੜ ਦਿੱਤਾ ਇਹ ਕੋਈ ਹੁਕਮ ਤੋਂ ਬਾਹਰ ਨਹੀਂ ਹੋਇਆ ਕੱਲ ਆਪਾਂ ਪੜ੍ਹਿਆ ਸੀ ਸ਼ੁੱਕਰਵਾਰ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਿਆ ਹੈ ਕਿ ਜਿਹੜਾ ਲੇਹ ਕਲੰਕ ਅਵਤਾਰ ਆਉਣਾ ਹੈ ਧਰਤੀ ਦੇ ਉੱਤੇ ਉਦੋਂ ਕਿਹੜਾ ਕਿਹੜਾ ਕਲਯੁਗ ਦੇ ਵਿੱਚ ਕੰਮ ਹੋਣਾ ਲਿਖਿਆ ਹੈ ਉਹਨਾਂ ਨੇ ਕੱਲ ਪੜ੍ਹਿਆ ਸੀ ਆਪਾਂ ਸਾਰਿਆਂ ਨੇ ਉਹ ਨੈੱਟ ਤੇ ਵੀ ਸ਼ਾਇਦ ਇਹਨਾਂ ਨੇ ਪਾ ਦਿੱਤਾ ਹੋਵੇ ਪਤਾ ਨਹੀਂ ਤੇ ਪਰ ਉਹਦੇ ਵਿੱਚ ਗੁਰੂ ਮਹਾਰਾਜ ਨੇ ਲਿਖਤਾਂ ਲਿਖੀਆਂ ਸੀ ਕਿ ਜਿਹੜੇ ਲੀਡਰ ਹੈ ਸਾਰੇ ਭ੍ਰਿਸ਼ਟੇ ਜਾਣਗੇ ਕੋਈ ਬਚੇਗਾ ਨਹੀਂ ਜਿਹੜੇ ਬੱਚੇ ਉਹ ਵੱਡਿਆਂ ਦਾ ਆਦਰ ਨਹੀਂ ਕਰਨਗੇ ਤੇ ਇੱਥੇ ਤੇ ਕਿਤੇ ਕ੍ਰਿਸ਼ਨ ਮਹਾਰਾਜ ਜਦੋਂ ਆਏ ਨੇ ਤ੍ਰੇਤਾ ਦੇ ਵਿੱਚ ਜੋ ਦੁਆਪਰ ਆਉਂਦੇ ਨੇ ਉਦੋਂ ਦੁਆਪਰ ਚੋਂ ਆਉਂਦੇ ਨੇ ਉਦੋਂ ਵੀ ਉਹਨਾਂ ਨੇ ਦੱਸਿਆ ਸੀ ਕਿ ਜਿਹੜਾ ਕਲਯੁਗ ਦਾ ਵਿੱਚ ਸਮਾਂ ਆਏਗਾ ਨਾ ਤੇ ਉਸ ਸਮੇਂ ਇਹ ਕੁਛ ਪਾਪ ਹੋਣਗੇ ਪਿਓ ਧੀ ਦਾ ਰਿਸ਼ਤਾ ਨਹੀਂ ਰਹੇਗਾ ਭੈਣ ਭਰਾ ਦਾ ਰਿਸ਼ਤਾ ਨਹੀਂ ਰਹੇਗਾ ਸਭ ਖਤਮ ਹੋ ਗਏ ਹੁਣ ਤੁਸੀਂ ਸਾਰਾ ਆਪਣੀਆਂ ਅੱਖਾਂ ਨਾਲੇ ਵੇਖ ਲਿਆ ਹੈ ਤੇ ਇੱਥੇ 25% ਹੀ ਰਹਿਣੇ ਇੱਕ ਪੈਰ ਧਰਮ ਦਾ ਹੈ ਬਾਕੀ ਸਾਰੇ ਹੀ ਖਤਮ ਹੋ ਜਾਣੇ ਨੇ ਉਹ ਵੀ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਹੀ ਰਹਿਣੇ ਨੇ ਉਹਦਾ ਰਹਿ ਨਹੀਂ ਸਕਦੇ ਜਿਹੜਾ ਇਹਦੇ ਨਾਲ ਜੁੜੇਗਾ ਉਹ ਹੀ ਰਹੇਗਾ ਬਾਕੀ ਤੇ ਆਪਣੀਆਂ ਮਨ ਦੀਆਂ ਡਾਰੀਆਂ ਮਾਰਨ ਵਾਲਾ ਕੋਈ ਨਹੀਂ ਬਚਣਾ
कोई नहीं बचना जिन्हें अपनी मन की मर्जी करनी। हम नहीं चंगे बुरा नहीं कोई, सब ओदा सरूप ने। जिन्हों उन्हें भुलाया वह भुले ने, जिन्हों बुझाया उन्होंने बुझिया है। आओ ओ वेसवा दी गल एक छोटी जी सुना के तुहानू है आपां इत्थे समाप्ति करदे, क्योंकि अज गुरप्रीत सिंह दा बड़ा प्यार सी कीर्तन नाल। इन्हां सारिआं नूं कीर्तन वास्ते उन्होंने एक एक शब्द पढ़ाया, सहज पाठ दे भोग पाए। समागम लम्मा हो गया है क्योंकि अजे बाबा जी दी वारी ना आई अज, जिन्हें हर रोज समाप्ति करदे सी उन्हां नूं अनसा भी पढ़ना पिया। इसे करके मैं भी कथा जल्दी संकोच रहा हाँ। ते गुरु महाराज सच्चे पातशाह कृपा करन उहदा मन खुश हो गया है। उन्हां सारिआं ने कीर्तन सुनिया ते सतसंग उहदा जे मन खुश होया ते परमेश्वर खुश होया है। आओ एक भगत सी उहनां दी टेक जिहड़ी आ ना परमेश्वर ते हुंदी है। हुणे भाई साहब ने कहा सी भगत सी ते वेसवा सी, उहने उहनूं कहा भगत जी नूं कहण लगी, नंघिया जा रिहा सी अपने नाम दी रचिया सी नाम दे नाल सुरती जुड़ी हुई, कहिंदा ओ कहिंदी मेरी गल सुन। ओ कहिंदा दस बीबा, कहिंदी तेरी दाढ़ी मेरे कुत्ते दी पूछ नालों चंगी आ। भगत कहन लगा अजे जवाब नहीं मेरे कोल हैगा, समा आउण ते तेनू मैं जवाब देवांगा। जे साडे वर्गा हुंदा तां उदों ही गल पै जांदा। ओ भगत सी टेक सी उहदी परमेश्वर दे उत्ते। जदों मैं शॉर्ट कर दिया, जद उहदा समा आ गया ना ते अपने इर्द गिर्द सेवा करन वालियां नूं कहन लगा जाओ वेसवा नूं आवाज मार के लिया। वह कहन लगे ये भगत हो के वेसवा दा ने की काम, इहनूं जादी वारदान दे, अहीं चले जाणा दुनिया तों, साडे सुवास नहीं, एक दो रह गए आ छेती लै के आओ। ते उहनां ने सद के लै आंदा। वह कहन लगे बीबा हुण तेरे कुत्ते दी पूछ नालों मेरी दाढ़ी 100 गुणा चंगी आ, क्योंकि मेरा आखिरी सुवास गुरु के चरणों च निकल रहा, मैं इस कलयुग की बिरती विच नहीं फसिया, हुण मैं जा रहा हाँ। इस करके भगत बनने वास्ते कई जन्म लग जाते, जो इस नूं वसारन वास्ते इस रहत नूं छड्डन वास्ते एक सिन लगता, जो जदों मर्जी छड्ड लिओ। ते पर गुरु के चरणों च बेनती करया करो, हे सच्चे पातशाह धन गुरु ग्रंथ साहब महाराज, मैनू अपने चरणों के नाल जोड़ के आखिरी रैन सबाई आखिरी साह तेरे चरणों के विच निकले, तेरे कीते दिते होए सानू जो तुसा पर पकार साडे ते कीता है, दिती हुई रहत है, उहदे विच असी ही रह के तेरे चरणों च आईए, उस दरबार च जाइए। आओ सारे रल के सच्चे पातशाह का सत्कार करिए, गुरु ग्रंथ साहब महाराज नू उन्हां पंजां प्यारां दा सत्कार करिया करो, जिन्हों आनंदपुर साहब दे विच महाराज ने सतगुरु बनाया सी। जिहड़े कहिंदे आ ना भी एक अज फिर गल आई सी, कहिंदे संतां महापुरशां नू नहीं मनना चाहीदा। मैं संत महापुरश है ही विरले ते मनोगे किन्नू? पहली गल साडी बिरती नहीं मनण वाली, साडी मंग ही नहीं मनण वाली, ते तुहानू मिल कित्थों जाणगे? मंग ते साडी हैगी आ कि सानू महाराज 4 कोठियां पा दिओ, 5 कारां लै दिओ, उह ते सारी बेख है। किसे ने मंगिया कि नाम दिओ महाराज, ते जदों नाम मंगोगे ना तो उदों तुहानू पूर्ण सतगुरु ते संतां दे दर्शन होणगे, गुरसिखां दे दर्शन होणगे, संत सिपाहियां दे दर्शन होणगे। जो नाम मंगोगे फिर आनंदपुर साहब नूं ताड़ी डारी वजेगी, ताड़ी सुरत फिर आनंदपुर साहब विच जाएगी, फिर साबत सूरत बन जाएगी। ते जिहड़ी गुरु ग्रंथ साहब महाराज सच्चे पातशाह कहिंदे ने परमेश्वर नहीं भुलदा, सारी दुनिया भुल जांदी आ ते कदी परमेश्वर नहीं भुलदा। ते जदों आपां अपने मुख ते दित्ती होई उहदी दात नूं कटदे आ ना, ते उदों परमेश्वर नूं इह झूठा कर रहे हुंदे आ। इहदा मतलब परमेश्वर भुलदा है, जे सानू उन्होंने दाड़ा दिता है ते असी जाके नाई कोलों कटदे ते इहदा मतलब परमेश्वर भुलदा ना, फिर असी सच्चे आ ना, असी चंगे आ ना? नहीं, क्या करो असी भुलणा महाराज, असी भुल गए, तेरी साबत सूरत नहीं रख सके, पूर्ण नहीं लैके आ सके तेरे कोल जदों जाणा ना,
ਇਹ ਪੂਰਨ ਸਰੀਰ ਨਹੀਂ ਲੈ ਕੇ ਆ ਸਕੇ ਤੇ ਇਸ ਕਰਕੇ ਗਿਆਨੀ ਜੀ ਮਹਾਰਾਜ ਵੀ ਕਿਹਾ ਕਰਦੇ ਹੁੰਦੇ ਸਨ ਮਹਾਂਪੁਰਖ ਉਹ ਕਿਹਾ ਕਰਦੇ ਸੀ ਕਿ ਜੇ ਕਿਸੇ ਦੇ ਘਰ ਬੱਚਾ ਪੈਦਾ ਹੋਵੇ ਨਾ ਸਭ ਤੋਂ ਪਹਿਲਾਂ ਵੇਖੋ ਉਹ ਪੂਰਨ ਹੈ ਜੇ ਪੂਰਨ ਤੇ ਲੱਖ ਲੱਖ ਸ਼ੁਕਰ ਕਰੋ ਪਰਮੇਸ਼ਰ ਦਾ ਤੇ ਫੇਰ ਵੇਖੋ ਮੁੰਡਾ ਤੇ ਕੁੜੀ ਆ ਨਹੀਂ ਤੇ ਵੇਖਣ ਦੀ ਲੋੜ ਨਹੀਂ ਕੁਛ ਵੀ ਜੇ ਉਹ ਸਾਬਤ ਸੂਰਤ ਹੈ ਨਾ ਤੇ ਸ਼ੁਕਰ ਕਰ ਲਓ ਮਹਾਰਾਜ ਦਾ ਵੀ ਉਹਨੇ ਤੁਹਾਨੂੰ ਆਪਣਾ ਸਰੂਪ ਦੇ ਕੇ ਭੇਜਿਆ ਹੈ ਸਾਬਤ ਸੂਰਤ ਰੱਬ ਦੀ ਹੈ ਤੇ ਪੂਰਨਤਾ ਆ ਗਈ ਨਹੀਂ ਤੇ ਅੰਗਹੀਣ ਬੜੇ ਜੰਮਦੇ ਨੇ ਬੜਾ ਦੁੱਖ ਪਾਉਂਦੇ ਨੇ ਮਾਂ ਪਿਓ ਵੀ ਤੇ ਫਿਰ ਉਹ ਬੱਚਾ ਵੀ ਪਾਉਂਦਾ ਹੈ ਇਹ ਧਰਤੀ ਤੇ ਗੁਨਾਹ ਕਰਕੇ ਫਿਰ ਅਸੀਂ ਦੁਬਾਰਾ ਜਨਮ ਲੈਂਦੇ ਇਹੋ ਜਿਹੇ ਬਣ ਕੇ ਆਉਂਦੇ ਹਾਂ ਜੋ ਕਿਸੇ ਦਾ ਅੰਗ ਕੱਟਣਾ ਤੇ ਆਪਾਂ ਵੀ ਨਹੀਂ ਕੱਟਿਆ ਜਾਣਾ ਇਸ ਕਰਕੇ ਸਾਧ ਸੰਗਤ ਜੀ ਆਓ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਕੇ ਸੱਚੇ ਪਾਤਸ਼ਾਹ ਤੋਂ ਇਹੀ ਮੰਗ ਕਰੀਏ ਕਿ ਹੇ ਮਹਾਰਾਜ ਹੋਰ ਕੁਛ ਨਾ ਦਿਓ ਸਾਨੂੰ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ ਦਿਓ ਨਾਮ ਬਖਸ਼ ਦਿਓ ਤੇ ਨਾਮ ਦੇ ਨਾਲ ਜੁੜ ਕੇ ਸੱਚੇ ਪਾਤਸ਼ਾਹ ਦਾ ਸ਼ਬਦ ਹੀ ਹੈ ਜਿਹੜਾ ਇਹ ਮਨ ਮੈਗਲ ਹੈ ਨਾ ਇਹ ਹਾਥੀ ਵਰਗਾ ਬਣਿਆ ਫਿਰਦਾ ਹੈ ਇਹ ਰਾਜ ਦੇ ਦਾਣੇ ਵਿੱਚੋਂ ਦੀ ਨਿਕਲਣਾ ਨਹੀਂ ਉਹਨੇ ਚਿਰ ਜਿਹੜ ਚਿਰ ਤੱਕ ਗੁਰੂ ਨਾਲ ਨਹੀਂ ਜੁੜਾਂਗੇ ਗੁਰੂ ਹੈ ਪਵਨ ਤੇ ਪਵਨ ਜਿਹੜੀ ਮਰਜ਼ੀ ਛੋਟੀ ਤੋਂ ਛੋਟੀ ਬਰੀਕ ਰਸਤਾ ਹੋਵੇ ਉਹਦੇ ਵਿੱਚ ਦੀ ਨਿਕਲ ਜਾਂਦੀ ਹੈ ਇਸ ਕਰਕੇ ਪਵਨ ਗੁਰੂ ਤੇ ਗੁਰੂ ਦੇ ਨਾਲ ਜੁੜ ਕੇ ਪਵਨ ਬਣ ਕੇ ਆਪਾਂ ਉਹ ਰਸਤੇ ਦੇ ਵਿੱਚੋਂ ਦੀ ਨਿਕਲ ਜਾਣਾ ਹੈ ਫਿਰ ਸੌਖਾ ਹੈ ਫਿਰ ਕਿਤੇ ਆਪਾਂ ਮਰਨ ਜਨਮ 'ਚ ਥੋੜ੍ਹਾ ਆਉਣਾ ਫਿਰ ਤੇ ਗੁਰੂ ਦੇ ਚਰਨਾਂ 'ਚ ਬੈਠਣਾ ਹੈ ਆਓ ਜੇ ਉਹ ਮੰਗੀਏ ਸਤਸੰਗ ਮੰਗੀਏ ਨਾਮ ਤੇ ਜਿਹੜਾ ਗੁਰੂ ਨੇ ਬਖਸ਼ਿਸ਼ ਕਰਨੀ ਹੈ ਬਾਕੀ ਸਭ ਕੁਛ ਵੇਖ ਹੈ ਬਾਕੀ ਜਿੰਨੇ ਵੀ ਸਵਾਦ ਨੇ ਸਰੀਰ ਤੇ ਰਸਨਾਂ ਦੇ ਸਵਾਦ ਨੇ ਜਿਹੜਾ ਉਹ ਸਵਾਦ ਹੈ ਆਤਮਾ ਦਾ ਰਸ ਹੈ ਉਹ ਜਦੋਂ ਤੁਸੀਂ ਲੈਣਾ ਉਹ ਵੀ ਹੁਣੇ ਦੱਸਿਆ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਸਿਰ ਡਗਮ ਡਗਮ ਡਹਿ ਪਿਆ ਨਾ ਵੱਜਣ ਤੇ ਸਾਹ ਔਖੇ ਜੇ ਹੋ ਗਏ ਉਦੋਂ ਨਹੀਂ ਉਹ ਰਸ ਲਿਆ ਜਾਣਾ ਜਿਣ ਕਾਲੇ ਨਾ ਰਾਹ ਵਿਆ ਧੌੜੇ ਰਾਹ ਵੇ ਕਿਹੜਾ ਜਿਹੜਾ ਜਵਾਨੀ 'ਚ ਨਹੀਂ ਗੁਰੂ ਮਹਾਰਾਜ ਨਾਲ ਜੁੜਿਆ ਉਹਨੇ ਬੁੱਢੇ ਹੋ ਕੇ ਕਿੱਥੋਂ ਜੁੜਨਾ ਕਈ ਕਹਿ ਦਿੰਦੇ ਸੀ ਬੁੱਢੇ ਹੋ ਕੇ ਅੰਮ੍ਰਿਤ ਛਕਣਾ ਪਹਿਲੋਂ ਹੀ ਛਕ ਲਓ ਬਾਅਦ 'ਚ ਤੇ ਗੋਡਿਆਂ ਨੇ ਵੀ ਜਵਾਬ ਦੇ ਜਾਣਾ ਆਓ ਰਲ ਕੇ ਗੁਰੂ ਮਹਾਰਾਜ ਕੋਲੋਂ ਇਹ ਮੰਗਾਂ ਮੰਗੀਏ ਅਤੇ ਗੁਰੂ ਦੇ ਨਾਲ ਜੁੜੀਏ ਸੱਚੇ ਪਾਤਸ਼ਾਹ ਦੀ ਕਿਰਪਾ ਤੇ ਬਖਸ਼ਿਸ਼ ਲਈਏ ਸਭ ਉੱਚੇ ਨੇ ਸਭ ਉਹਦਾ ਸਰੂਪ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਜੇ ਮਹਾਰਾਜ ਸੱਚੇ ਪਾਤਸ਼ਾਹ ਦੀ ਗੋਦ 'ਚ ਬਹਿ ਕੇ ਉਹਨਾਂ ਦੇ ਕੂਕਰ ਕੋਲੋਂ ਕੋਈ ਗਲਤ ਗੱਲ ਨਿਕਲ ਗਈ ਹੋਵੇ ਤੇ ਮਹਾਰਾਜ ਸੰਗਤਾਂ ਇੱਕ ਹੀ ਵਿਸਵੇ ਨੇ ਹੁੰਦੀ ਇੱਕ ਵਿਸਵਾ ਹੈ ਸੰਗਤ ਵੀਹ ਵਿਸਵੇ ਗੁਰੂ ਹੁੰਦਾ ਹੈ ਜਦੋਂ ਗੁਰੂ ਨਾਲ ਬੈਠਦੀ ਹੈ ਤੇ ਇੱਕੀ ਵਿਸਵੇ ਹੋ ਜਾਂਦੀ ਹੈ ਕਿਉਂਕਿ ਫਿਰ ਸੰਗਤ ਬਖਸ਼ਣਹਾਰ ਹੈ ਬਖਸ਼ ਦਿੰਦੀ ਹੈ ਤੇ ਗੁਰੂ ਬਖਸ਼ਣਹਾਰ ਹੈ ਬਖਸ਼ ਦੇਵੇ ਹੋਈਆਂ ਗਲਤੀਆਂ ਜੇ ਕੋਈ ਗੱਲ ਨਾ ਚੰਗੀ ਲੱਗੀ ਤੇ ਸਾਡੀ ਝੋਲੀ 'ਚ ਪਾ ਦਿਓ ਆਪਣੇ ਕੋਲ ਰੱਖ ਲਵਾਂਗੇ ਸਾਡੇ ਕੋਲ ਅੱਗੇ ਹੀ ਬੜੇ ਔਗਣ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੇ ਕੋਈ ਚੰਗਾ ਲੱਗਿਆ ਤੇ ਲੈ ਜਾਇਓ ਇਹ ਸਤਸੰਗ ਵਿੱਚੋਂ ਤੁਹਾਨੂੰ ਕੋਈ ਫਾਇਦਾ ਹੋ ਜਾਵੇ ਤੇ ਸੱਚੇ ਪਾਤਸ਼ਾਹ ਦੇ ਸੰਗ ਵਿੱਚੋਂ ਸਦਾ ਝੋਲੀਆਂ ਹੀ ਭਰ ਕੇ ਜਾਂਦੇ ਨੇ ਪਤਾ ਨਹੀਂ ਲੱਗਦਾ ਜਿਵੇਂ ਬੱਚਾ ਉੱਚਾ ਹੁੰਦਾ ਨਾ ਵੱਧਦਾ ਤੇ ਪਤਾ ਨਹੀਂ ਲੱਗਦਾ ਇਸੇ ਤਰ੍ਹਾਂ ਸਤਸੰਗ ਦੀ ਕਿਰਪਾ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਹੋਈ ਜਾ ਰਹੀ ਹੁੰਦੀ ਹੈ ਤੇ ਦਿੰਦੇ ਹੀ ਰਹਿੰਦੇ ਨੇ ਮਹਾਰਾਜ ਦਿੰਦਾ ਦੇ ਲੈਂਦੇ ਥੱਕ ਪਾਏ ਅਸੀਂ ਥੱਕ ਕੇ ਉਹ ਦੇਈ ਜਾ ਰਿਹਾ ਹੈ ਤੇ ਆਓ ਸੱਚੇ ਪਾਤਸ਼ਾਹ ਦਾ ਜਸ ਗਾਉਂਦੇ ਵਿੱਚ ਸਮਾਪਤੀ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਿ ਸ੍ਰੀ ਅਕਾਲ।